ਜਿਹਨੂੰ ਏਕਤਾ ਸਿੱਧੂ ਪੁਰੋ ਮੰਚ ਤੇ ਆਉਣਗੇ ਟਾਈਮ ਜਿਹੜਾ ਆਪਾਂ ਕੋਸ਼ਿਸ਼ ਕਰੀਏ ਘੱਟ ਤੋਂ ਘੱਟ ਸਮੇਂ ਦੇ ਵਿੱਚ ਵੱਡੀ ਗੱਲ ਰੱਖਣ ਦਾ ਯਤਨ ਕਰੀਏ ਸਾਰੇ ਬੁਲਾਰਿਆਂ ਦੀ ਭਾਵਨਾ ਕਿਸਾਨ ਵੀਰੋ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਕਰਨ ਵਾਲੀ ਲੀਡਰਸ਼ਿਪ ਆਪਾਂ ਕੋ ਮੰਚ ਤੇ ਬਿਰਾਜਮਾਨ ਹੈ ਇਹਨਾਂ ਸਾਰੀਆਂ ਹੀ ਪਰਸਨੈਲਿਟੀਆਂ ਦਾ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਦਾ ਬਹੁਤ ਵਡਮੁੱਲਾ ਯੋਗਦਾਨ ਆ ਇਸੇ ਹੀ ਕਰਕੇ ਇਹ ਅੰਦੋਲਨ ਪਿਛਲੇ 5 ਮਹੀਨੇ ਤੋਂ ਸਫਲਤਾਪੂਰਵਕ ਲੜਿਆ ਜਾ ਰਿਹਾ ਡੱਲੇਵਾਲ ਸਾਹਿਬ ਤੋਂ ਬਾਅਦ ਡਾਕਟਰ ਦਰਸ਼ਨਪਾਲ ਜੀ ਨੇ ਵੀ ਸੰਬੋਧਨ ਹੋਣਾ ਕੋਸ਼ਿਸ਼ ਕਰਾਂਗੇ ਸਾਰੀਆਂ ਜਥੇਬੰਦੀਆਂ ਨੂੰ ਬਣਦਾ ਮਾਣ ਸਤਿਕਾਰ ਦੇਣ ਦਾ ਯਤਨ ਕਰਾਂਗੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਪਰਮ ਸਤਿਕਾਰਯੋਗ ਮੇਰੇ ਬਹੁਤ ਹੀ ਪਿਆਰੇ ਜੁਝਾਰੂ ਕਿਸਾਨ ਬਜ਼ੁਰਗ ਮੇਰੇ ਨੌਜਵਾਨ ਮੇਰੀਆਂ ਸਤਿਕਾਰਯੋਗ ਭੈਣਾਂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਰਾਜਗੁਰੂ ਸੁਖਦੇਵ ਉਹਨਾਂ ਨੂੰ ਯਾਦ ਕਰਨ ਦੇ ਲਈ ਇਕੱਠੇ ਹੋਏ ਹੈ ਤਾਂ ਫਿਰ ਇੱਕ ਗੱਲ ਬਹੁਤ ਜ਼ਰੂਰੀ ਬਣ ਜਾਂਦੀ ਹੈ ਕਿ ਉਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਉਹਨਾਂ ਦਾ ਕਹਿਣਾ ਕੀ ਸੀ ਉਹਨਾਂ ਦਾ ਸੰਦੇਸ਼ ਕੀ ਸੀ ਉਹ ਲੜੇ ਕਿਸ ਗੱਲ ਦੇ ਲਈ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਕਿਸ ਗੱਲ ਦੇ ਲਈ ਤਾਂ ਪਿਆਰੇ ਦੋਸਤੋ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਬਾਰੇ ਮੇਰਾ ਖਿਆਲ ਆ ਕੋਈ ਭੁਲੇਖਾ ਨਹੀਂ ਆਪਾਂ ਛੋਟੇ ਛੋਟੇ ਹੁੰਦਿਆਂ ਤੋਂ ਉਹਨਾਂ ਦੀ ਜੀਵਨ ਕਥਾ ਨੂੰ ਸੁਣਦੇ ਪੜ੍ਹਦੇ ਆ ਰਹੇ ਹਾਂ ਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਅੰਗਰੇਜ਼ ਹਕੂਮਤ ਦੇ ਨਾਲ ਟੱਕਰ ਲਈ ਲੜਾਈ ਲੜੀ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਫਾਂਸੀ ਦੇ ਰੱਸੇ ਚੁੰਮੇ ਪਰ ਦੋਸਤੋ ਇੱਕ ਗੱਲ ਉਹ ਕਹਿ ਕੇ ਫਿਰ ਵੀ ਗਏ ਸੀ ਕਿ ਹਜੇ ਲੜਾਈ ਲੜਨੀ ਬਾਕੀ ਹੈ ਹਜੇ ਲੜਾਈ ਲੜਨੀ ਬਾਕੀ ਹੈ ਤਾਂ ਉਸ ਵੇਲੇ ਉਹ ਗੱਲ ਸਮਝ ਨਹੀਂ ਆਉਂਦੀ ਸੀ ਕਿ ਕਿਹੜੀ ਲੜਾਈ ਲੜਨੀ ਬਾਕੀ ਦੀ ਗੱਲ ਭਗਤ ਸਿੰਘ ਹੋਰੀ ਕਹਿ ਕੇ ਗਏ ਹੈ ਅੱਜ ਜਦੋਂ ਨੀਤੀਆਂ ਸਾਹਮਣੇ ਆ ਰਹੀਆਂ ਅੱਜ ਜਦੋਂ ਗੱਲਾਂ ਸਾਹਮਣੇ ਆ ਰਹੀਆਂ ਤਾਂ ਅੱਜ ਪਤਾ ਲੱਗ ਰਿਹਾ ਕਿ ਇੱਕ ਲੜਾਈ ਲੜਨੀ ਵਾਕਿਆ ਬਾਕੀ ਹੈ ਉਹ ਲੜਾਈ ਕੀ ਆਹ ਜਿਹੜੇ ਤੁਹਾਡੇ 'ਤੇ ਕਾਨੂੰਨ ਥੋਪੇ ਗਏ ਨੇ ਇਹ ਕਾਨੂੰਨਾਂ ਦੀ ਬੈਕਗ੍ਰਾਉਂਡ ਕੀ ਹੈ ਅਤੇ ਇਹਨਾਂ ਕਾਨੂੰਨਾਂ ਨੂੰ ਇਹ ਆਏ ਕਿੱਥੋਂ ਇਹਦੀ ਬਹੁਤੀ ਲੰਬੀ ਮੈਂ ਡਿਟੇਲ ਦੇ ਵਿੱਚ ਨਾ ਜਾਵਾਂ ਮੈਂ ਇੰਨੀ ਗੱਲ ਕਹਿ ਕੇ ਅੱਗੇ ਚੱਲਾਂ ਕਿ ਇਹ ਜਿਹੜੇ ਕਾਨੂੰਨ ਨੇ ਜਿਸ ਗੈਟ ਦੇ ਵਿੱਚੋਂ ਨਿਕਲ ਕੇ ਆਏ ਹੈ ਅਤੇ ਜਦੋਂ ਇਸ ਗੈਟ ਦੇ ਉੱਤੇ ਸਾਈਨ ਕਰਨ ਦਾ ਮੁੱਦਾ ਚੱਲ ਰਿਹਾ ਸੀ ਦੇਸ਼ ਦੇ ਅੰਦਰ ਉਸ ਵੇਲੇ ਐਸਪੀ ਸ਼ੁਕਲਾ ਵੱਲੋਂ ਜਿਸ ਵੇਲੇ ਜਵਾਬ ਦਿੱਤਾ ਗਿਆ ਕਿ ਇਹਦੇ 'ਤੇ ਸਾਈਨ ਨਹੀਂ ਕਰਨੇ ਸਾਨੂੰ ਗੈਟ ਦੇ ਮੈਂਬਰ ਨਹੀਂ ਬਣਨਾ ਚਾਹੀਦਾ ਉਸ ਵੇਲੇ ਵਰਲਡ ਬੈਂਕ ਤੋਂ ਇੱਕ ਚਿੱਠੀ ਆਉਂਦੀ ਹੈ ਭਾਰਤ ਸਰਕਾਰ ਨੂੰ ਕਿ ਇਹਨੂੰ ਐਸਪੀ ਸ਼ੁਕਲਾ ਨੂੰ ਹਟਾਇਆ ਜਾਵੇ ਔਰ ਇਹਦੀ ਥਾਂ 'ਤੇ ਅਨਵਰ ਉਲ ਹੁੱਡਾ ਨੂੰ ਲਾਇਆ ਜਾਵੇ ਤਾਂ ਬਿਲਕੁਲ ਉਵੇਂ ਜਿਵੇਂ ਭਾਰਤ ਵੱਲੋਂ ਸਾਡੀ ਸਰਕਾਰ ਵੱਲੋਂ ਐਸਪੀ ਸ਼ੁਕਲਾ ਨੂੰ ਹਟਾਇਆ ਜਾਂਦਾ ਹੈ ਔਰ ਅਨਵਰ ਉਲ ਹੁੱਡਾ ਨੂੰ ਲਾਇਆ ਜਾਂਦਾ ਹੈ ਇਹਦਾ ਮਤਲਬ ਮੇਰੇ ਦੋਸਤੋ ਸਮਝਣ ਦੀ ਲੋੜ ਹੈ ਕਿ ਗੈਟ ਦੇ ਉੱਤੇ ਸਾਈਨ ਭਾਰਤ ਨਹੀਂ ਕਰ ਰਿਹਾ ਸੀ ਔਰ ਉਸ ਹੁਕਮ ਦੇ ਤਹਿਤ ਵਰਲਡ ਬੈਂਕ ਦੇ ਹੁਕਮਾਂ ਦੇ ਤਹਿਤ ਉਹ ਚਿੱਠੀ ਦੇ ਦਬਾਅ ਥੱਲੇ ਆ ਕੇ ਉਸ ਆਦਮੀ ਨੂੰ ਹਟਾਇਆ ਗਿਆ ਜੋ ਇਹਨਾਂ ਸਾਈਨਾਂ ਦਾ ਵਿਰੋਧੀ ਸੀ ਔਰ ਉਸ ਵਿਅਕਤੀ ਨੂੰ ਲਾਇਆ ਗਿਆ ਜੋ ਅਮਰੀਕਾ ਦੀਆਂ ਪਾਲਿਸੀਆਂ ਭਾਰਤ ਦੇ ਵਿੱਚ ਲਾਗੂ ਕਰ ਰਿਹਾ ਸੀ
तो मेरे सजनों इहदा मतलब कि जिहड़ी लड़ाई है भगत सिंह का कहना सच है कि हजे उन्हां दी नीति वह पॉलिसी हजे साडे देश दे उत्ते लागू है। साडा राज करन वाला व्यक्ति भावें डॉक्टर मनमोहन सिंह होवे, भावें राज करन वाला व्यक्ति मोदी होवे या चाहे कोई होर दूसरा तीसरा होवे, नीतियां उही लागू हो रही ने। साडे देश दे उत्ते राज हजे भी उही शक्तियां कर रही हैं जिन्हों का खिलाफ लड़ाई जिन्हों के खिलाफ भगत सिंह होर ने लड़ी सी। सो इस करके सानू इस लड़ाई नू जितण दे लई होर लड़ाई लड़न की लोड़ है। अगली लड़ाई ये कानून रद्द हो जाएंगे, जिस तरह असी तकड़े होकर लड़ रहे हैं तुसी सहयोग दे रहे हो, जित लेंगे, पूरा देश एकजुट होंदा नज़र आ रहा है। पर मेरे दोस्तों आने वाले समय के लड़ाई ने होर रूप धारण करना, कानून होर रूप दे विच आउणगे। सो मेरी इन्नी क बेनती प्रवान करो कि लड़ाई तुहाडी आ नौजवानों, तुसी लड़नी है, तुसी जितनी है, तकड़े होके इस लड़ाई नू जितन दे लई एकजुट होके अगे वधन दी लोड़ है। वाहिगुरू जी का खालसा, वाहिगुरू जी की फतेह।